वाहे गुरु जी का खालसा, वाहे गुरु जी की फतेह। साडे वार्तालाप दा सिरलेख है बाबा बंदा सिंह बहादुर। वीर जी, मैं सुनिया कि आज शाम नू अपने घर को नगर कीर्तन लंघना है, मैनू भी दिखाउण लै चलोगे ना? हाँ हाँ, जरूर ले जावांगा तेनू भी फतेह मार्च दिखाउण। फतेह मार्च? ओ की है? फतेह मार्च नगर कीर्तन नू कहंदे ने। भला इस तू फतेह मार्च के आगदे ने? क्योंकि ए बाबा बंदा सिंह बहादुर जी दी सरहंद ते जित दी याद विच कढ़िया जा रहा है। ओही बाबा जी जिन्ना दी पेंटिंग अजायब घर विच देखी सी? हाँ हाँ, ओही जिन्ना नू संगला नाल बनिया होया सी। हाय, मैनू ता बहुत ही दुख लगा सी ਤੇ ਗੁਰਦੇ ਸਿੰਘਾਂ ਨੂੰ ਇੰਨਾ ਦੁਖੀ ਕਿਉਂ ਕਰਦੇ ਸੀ ਮੁਗਲ ਹਾਕਮ? ਕਿਉਂਕਿ ਬਾਬਾ ਜੀ ਨੇ ਇਹਨਾਂ ਦਾ ਪੰਜਾਬ ਵਿੱਚੋਂ ਰਾਜ ਮੁਕਾ ਦਿੱਤਾ ਸੀ। ਵੀਰ ਜੀ, ਮੈਨੂੰ ਚੰਗੀ ਤਰ੍ਹਾਂ ਦੱਸੋ ਨਾ ਬਾਬਾ ਜੀ ਦੀ ਸਾਖੀ। ਤੈਨੂੰ ਪਤਾ ਹੈ ਨਾ, ਤਖਤ ਸ੍ਰੀ ਹਜ਼ੂਰ ਸਾਹਿਬ ਜਿਹੜਾ ਮਹਾਰਾਸ਼ਟਰ ਵਿੱਚ, ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸੂਰਮੇ ਨੂੰ ਮਿਲੇ ਜੋ ਰਿਧੀਆਂ ਸਿੱਧੀਆਂ ਦਾ ਮਾਲਕ ਸੀ ਪਰ ਹੰਕਾਰੀ ਬਹੁਤ ਸੀ। ਰਿਧੀਆਂ ਸਿੱਧੀਆਂ? ਉਹ ਕੀ ਹੁੰਦੀਆਂ ਨੇ? ਇਹ ਵੱਖ ਵੱਖ ਸ਼ਕਤੀਆਂ ਹਨ ਜਿਨ੍ਹਾਂ ਨੂੰ ਜੋਗ ਮਤ ਵਾਲੇ ਜੋਗੀ ਕਈ ਢੰਗਾਂ ਨਾਲ ਪ੍ਰਾਪਤ ਕਰਦੇ ਨੇ, ਕਈ ਸਾਧੂਆਂ ਤੇ ਫਿਰ ਬਾਅਦ ਵਿੱਚ ਬਾਬਾ ਜੀ ਨੇ ਔਗਣ ਨਾਥ ਨੂੰ ਗੁਰੂ ਧਾਰ ਕੇ ਇਹ ਤਾਕਤਾਂ ਪ੍ਰਾਪਤ ਕੀਤੀਆਂ ਸਨ। ਤੈਨੂੰ ਪਤਾ ਉਦੋਂ ਬਾਬਾ ਜੀ ਦਾ ਨਾਂ ਕੀ ਸੀ? ਆਹੋ, ਲਛਮਣ ਦਾਸ। ਉਹ ਨਹੀਂ ਨਹੀਂ, ਇਹ ਤਾਂ ਉਹਨਾਂ ਦਾ ਬਚਪਨ ਦਾ ਨਾਂ ਸੀ। ਹੁਣ ਤਾਂ ਇਹਨਾਂ ਦਾ ਨਾਮ ਮਾਧੋ ਦਾਸ ਹੈ ਜੋ ਜਾਨਕੀ ਪ੍ਰਸ਼ਾਦ ਨੇ ਰੱਖਿਆ ਸੀ। ਫਿਰ ਬੰਦਾ ਬਹਾਦਰ ਕਿੰਨੇ ਰੱਖਿਆ? ਬੰਦਾ ਬਹਾਦਰ ਨਹੀਂ ਭੈਣ, ਬਾਬਾ ਬੰਦਾ ਸਿੰਘ ਬਹਾਦਰ। ਇਹ ਨਾਂ ਦਸਵੇਂ ਪਾਤਸ਼ਾਹ ਜੀ ਨੇ ਆਪ ਨੂੰ ਸਿੰਘ ਸਜਾਉਣ ਤੋਂ ਬਾਅਦ ਦਿੱਤਾ ਸੀ। ਕਈ ਭੁੱਲੜ ਅਜੇ ਵੀ ਆਪ ਨੂੰ ਬੰਦਾ ਬੈਰਾਗੀ ਕਹਿ ਕੇ ਅਪਮਾਨ ਕਰਦੇ ਨੇ। ਉਹ ਕਿਵੇਂ? ਬੰਦਾ ਬੈਰਾਗੀ ਕਹਿਣ ਨਾਲ ਅਪਮਾਨ ਕਿਵੇਂ ਹੋਇਆ? ਤੈਨੂੰ ਪਤਾ ਨੀ, ਗੁਰੂ ਦੇ ਸਿੰਘਾਂ ਦਾ ਹਮੇਸ਼ਾ ਪੂਰਾ ਨਾਂ ਹੀ ਬੋਲਣਾ ਚਾਹੀਦਾ ਹੈ। ਨਾਲੇ ਉਹ ਸਿੰਘ ਸੱਜ ਕੇ ਬੈਰਾਗੀ ਥੋੜੀ ਨਾ ਰਹਿ ਗਏ ਸਨ। ਵੀਰ ਜੀ, ਤੁਸੀਂ ਪਹਿਲਾਂ ਆਪ ਹੀ ਤਾਂ ਦੱਸਿਆ ਹੈ ਕਿ ਉਹਨਾਂ ਕੋਲ ਕਿੰਨੀਆਂ ਤਾਕਤਾਂ ਆ ਗਈਆਂ ਸਨ, ਫਿਰ ਉਹ ਸਿੰਘ ਕਿਵੇਂ ਸੱਜ ਗਏ? ਜੈਪੁਰ ਦੇ ਸਾਧੂ ਜਿੱਤ ਰਾਮ ਤੋਂ ਗੁਰੂ ਜੀ ਨੂੰ ਮਾਧੋ ਦਾਸ ਬਾਰੇ ਪਤਾ ਲੱਗਾ ਸੀ। ਇਸ ਸਾਧੂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਮਾਧੋ ਦਾਸ ਦੇ ਡੇਰੇ ਨਾ ਜਾਣ ਕਿਉਂਕਿ ਉਹ ਆਪਣੀਆਂ ਗੁਪਤ ਸ਼ਕਤੀਆਂ ਨਾਲ ਹਰ ਇੱਕ ਦੀ ਬੇਇੱਜ਼ਤੀ ਕਰਦਾ ਸੀ। ਫਿਰ ਗੁਰੂ ਜੀ ਗਏ ਉੱਥੇ? ਹਾਂ ਹਾਂ, ਗੁਰੂ ਜੀ ਦਾ ਤਾਂ ਉਦੇਸ਼ ਹੀ ਕੁਰਾਹੀਆਂ ਨੂੰ ਰਾਹੇ ਪਾਉਣਾ ਸੀ। ਸੋ ਗੁਰੂ ਜੀ ਜਾਣ ਬੁੱਝ ਕੇ ਉਸਦੇ ਡੇਰੇ ਗਏ ਤੇ ਉਸਦੀ ਪਲੰਗ ਤੇ ਬੈਠ ਗਏ ਤੇ ਬਾਕੀ ਸਿੰਘ ਬਗੀਚੇ ਵਿੱਚੋਂ ਫਲ ਤੋੜਨ ਲੱਗ ਪਏ। ਸਿੰਘਾਂ ਨੇ ਫਲ ਕਿਉਂ ਤੋੜੇ? ਕਿਉਂਕਿ ਮਾਧੋ ਦਾਸ ਨੂੰ ਤੇ ਉਸਦੇ ਚੇਲਿਆਂ ਨੂੰ ਗੁੱਸਾ ਆਵੇ। ਜਦੋਂ ਚੇਲਿਆਂ ਤੋਂ ਸਿੰਘ ਨਾ ਰੁਕੇ ਤਾਂ ਉਹ ਮਾਧੋ ਦਾਸ ਨੂੰ ਸੱਦ ਲਿਆਏ। ਫਿਰ ਕੀ ਹੋਇਆ ਵੀਰ ਜੀ? ਮਾਧੋ ਦਾਸ ਨੂੰ ਬਹੁਤ ਕ੍ਰੋਧ ਆਇਆ। ਉਸਨੇ ਬੜੇ ਜਾਦੂ ਕੀਤੇ ਜਿਸ ਮੰਤਰ ਨਾਲ ਉਹ ਪਲੰਗ ਉਲਟ ਜਾਂਦਾ ਸੀ, ਉਹ ਤਾਂ ਜ਼ਰਾ ਵੀ ਨਾ ਹਿੱਲਿਆ। ਅੱਛਾ, ਗੁਰੂ ਜੀ ਦੇ ਸਾਹਮਣੇ ਉਸਦੀ ਕੋਈ ਸ਼ਕਤੀ ਕੰਮ ਨਹੀਂ ਆਈ? ਹਾਂ, ਅੱਗੋ ਸੁਣ। ਹੁਣ ਮਾਧੋ ਦਾਸ ਥੱਕ ਹਾਰ ਕੇ ਗੁਰੂ ਜੀ ਦੇ ਪੈਰਾਂ 'ਚ ਡਿੱਗ ਪਿਆ। ਫਿਰ ਗੁਰੂ ਜੀ ਨੇ ਉਸਨੂੰ ਪਿਆਰ ਨਾਲ ਧਰਮ ਦਾ ਰਾਹ ਦੱਸਿਆ। ਮਾਧੋ ਦਾਸ ਨੇ ਗੁਰੂ ਜੀ ਦੀ ਸ਼ਰਨ ਪੈ ਕੇ ਇਹ ਕਿਹਾ ਸੀ ਕਿ ਮੈਂ ਤਾਂ ਆਪ ਜੀ ਦਾ ਹੀ ਬੰਦਾ ਹਾਂ। ਫਿਰ ਬਾਬਾ ਜੀ ਨੇ ਉਸਦਾ ਨਾਮ ਬੰਦਾ ਸਿੰਘ ਹੀ ਰੱਖ ਦਿੱਤਾ। ਗੁਰਦੁਆਰੇ ਵਾਲੇ ਬਾਬਾ ਜੀ ਦੱਸਦੇ ਸਨ ਕਿ ਬਾਬਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਮੁਗਲ ਹਾਕਮ ਤੋਂ ਲਿਆ ਸੀ। ਉਹ ਨਹੀਂ ਨਹੀਂ, ਬਾਬਾ ਜੀ ਮੁਸਲਮਾਨਾਂ ਦੇ ਵੈਰੀ ਨਹੀਂ ਸਨ। ਹਾਂ, ਉਹਨਾਂ ਦੇ ਮਨ ਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਹੁਤ ਅਸਰ ਸੀ। ਬਾਬਾ ਜੀ ਨੇ ਗੁਰੂ ਜੀ ਦੇ ਹੁਕਮ ਨਾਲ ਸਰਹੰਦ ਵੱਲ ਜ਼ਾਲਮਾਂ ਨੂੰ ਸੋਧਣ ਲਈ ਕੁਝ ਸਿੰਘਾਂ ਸਮੇਤ ਕੂਦ ਕੀਤਾ। ਫਿਰ ਹੋਰ ਕੌਣ ਆਇਆ ਸੀ ਬਾਬਾ ਜੀ ਨਾਲ ਹਜ਼ੂਰ ਸਾਹਿਬ ਤੋਂ? ਬਾਬਾ ਜੀ ਨੇ 5 ਤਿਆਰ ਬਰ ਤਿਆਰ ਸਿੰਘ, 1 ਨਗਾਰਾ ਨਿਸ਼ਾਨ ਸਾਹਿਬ ਤੇ 1 ਹੁਕਮਨਾਮਾ ਵੀ ਦਿੱਤਾ। ਹੁਕਮਨਾਮਾ? ਇਹ ਕੀ ਹੁੰਦਾ ਹੈ? ਹੁਕਮਨਾਮਾ ਇੱਕ ਤਰ੍ਹਾਂ ਦੀ ਚਿੱਠੀ ਸੀ ਜੋ ਪੰਜਾਬ ਦੇ ਸਿੰਘਾਂ ਲਈ ਸੀ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਬਾਬਾ ਜੀ ਕੌਣ ਹਨ ਤੇ ਕਿਉਂ ਆਏ ਹਨ। ਪੰਜਾਬ ਦੇ ਸਿੰਘ ਪਹਿਲਾਂ ਬਾਬਾ ਜੀ ਨੂੰ ਥੋੜੀ ਜਾਣਦੇ ਸਨ। ਅੱਗੇ ਦੱਸੋ, ਫਿਰ ਕੀ ਕੀਤਾ ਬਾਬਾ ਜੀ ਨੇ? ਬਾਬਾ ਜੀ ਰਸਤੇ ਵਿੱਚ ਲੋਕਾਂ ਨੂੰ ਗੁਰੂ ਜੀ ਦੇ ਉਦੇਸ਼ ਬਾਰੇ ਦੱਸਦੇ ਤੇ ਜ਼ੁਲਮ ਦੇ ਵਿਰੁੱਧ ਲੜਾਈ ਵਿੱਚ ਸਾਥ ਦੇਣ ਲਈ ਕਹਿੰਦੇ, ਜਿਸ ਕਰਕੇ ਉਹਨਾਂ ਕੋਲ ਪੰਜਾਬ ਪਹੁੰਚਣ ਤੋਂ ਪਹਿਲਾਂ ਕਾਫੀ ਸੈਨਾ ਸੀ
जिस विच मुगला दे दुखी कीते हुए कुछ हिंदू ते कुछ मुसलमान भी सन। अच्छा, मैं तो समझ रही थी कि मुगल हाकम मुसलमाना नु कुछ नहीं सी कहंदे होंगे। ओ नहीं नहीं, ओदो ता हाकमा दा किरदार बहुत माड़ा सी, पर बाबा जी दे उच्चे किरदार करके ता कुछ हिंदू ते मुसलमान भी सिंह सज गए सन। उन्हां विचों इक सी दीनदार खान ते मीर नसीरुद्दीन, ए दोनों सरहंद दे नेड़े ही रहंदे सन। सिंघां ने किवें सोधिया मुगल हाकम नु? सरहंद कोल 12 मई 1710 नु गुरु जी दी फौज ते वजीर खान दी सेना विच जबरदस्त लड़ाई हुई। सारी फौज जो लड़ रही सी उन्हां दे मन विच वजीर खान लई बहुत गुस्सा सी। मेरा जी करदा गोली मार दे वजीरे पापी नु, गुरु जी दे छोटे छोटे बच्चियां नु किवें मारिया सी बुचड़ किसे थां दा। तेरे वांग सारे सिखा विच एना ही गुस्सा सी, इस लई सारे पूरा जोर ला के लड़े। बाबा जी आप भी आ गए लड़न, उन्हां नु देख के कुछ ता डरदे ही भज गए। हुण आई ना नानी चेते, वड्डे सूरमे निकलो बार कायरो। अच्छा अच्छा, अगो सुन हुण। शाम तक दोहां फौजां दे बहुत सूरमे शहीद हो चुके सन। मुगल सेना थक चुकी सी। फिर अचानक बाबा जी दे आउण ते सिख फौज विच जोश आ गया। भाई फतेह सिंह ने तेग दे इको वार नाल मोढे तो थले तक चीरता पापी वजीरे नु। सारी मुगल फौज उस नु मरदे देख के लड़ाई छड के भज गई। अच्छा फेर? फेर की, बाबा जी ने जीत ले सरहंद। तन बाबा बंदा सिंह बहादुर ते गुरु दे सिंह। अच्छा हुण ता मेनू जरूर लेके जाओ फतेह मार्च दिखाण। हां हां जरूर लेके चलांगा। वाहेगुरु जी का खालसा, वाहेगुरु जी की फतेह।